ਅਧਿਆਪਕ ਸਾਥੀਓ ਅਤੇ ਪਿਆਰੇ ਬੱਚਿਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਸਕੂਲ ਨਿਊਜ਼ 'ਤੇ। ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕਰਾਂਗੇ 31 ਅਗਸਤ ਦੀ ਮੋਰਨਿੰਗ ਸਲਾਈਡ। ਪਿੱਛੇ ਜੇਕਰ ਤੁਸੀਂ ਕਿਸੇ ਵੀ ਡੇਟ ਦੀ ਕੋਈ ਵੀ ਮੋਰਨਿੰਗ ਸਲਾਈਡ ਦੀ ਵੀਡੀਓ ਨਹੀਂ ਦੇਖੀ ਤਾਂ ਉਹ ਆਪਣੇ ਚੈਨਲ 'ਤੇ ਅਪਲੋਡ ਹੈ, ਤੁਸੀਂ ਦੇਖ ਸਕਦੇ ਹੋ। ਅਤੇ ਇਸ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ। ਕਾਫੀ ਜਿਹੜੇ ਸਾਥੀਆਂ ਦੇ ਕਮੈਂਟ ਆਉਂਦੇ ਨੇ ਜਾਂ ਪੁੱਛਦੇ ਨੇ ਵੀ ਸਰ PDF, ਤਾਂ ਜਿਹੜੀ ਮੋਰਨਿੰਗ ਸਲਾਈਡ ਦੀ PDF ਹੈ ਉਹ ਥੱਲੇ ਟੈਲੀਗ੍ਰਾਮ ਦਾ ਲਿੰਕ ਕਮੈਂਟ ਦੇ ਵਿੱਚ ਆਪਾਂ ਦੇ ਦਿੰਦੇ ਹੁੰਦੇ ਹਾਂ, ਉੱਥੋਂ ਜਾ ਕੇ ਟੈਲੀਗ੍ਰਾਮ ਜੁਆਇਨ ਕਰ ਲਿਓ। ਉੱਥੇ ਤੁਹਾਨੂੰ ਪ੍ਰਾਇਮਰੀ ਲੈਵਲ ਦੀਆਂ ਜਾਂ ਪ੍ਰਾਇਮਰੀ ਸਕੂਲ ਦੇ ਜਿਵੇਂ ਹੁਣ ਐਗਜ਼ਾਮ ਹੋ ਰਹੇ ਨੇ ਉਹਦੇ ਸੰਬੰਧੀ ਆਨਸਰ ਕੀ ਜਾਂ ਹੋਰ ਵੀ ਜੋ ਵੀ ਜਿਵੇਂ ਮਿਸ਼ਨ ਸਮਰੱਥ ਦਾ ਸੀਗਾ ਉਹਦੇ ਰਿਲੇਟਡ ਜਿਹੜੀਆਂ ਕਾਫੀ ਚੀਜ਼ਾਂ ਜੋ ਵੀ ਇਨਫੋਰਮੇਸ਼ਨ ਆਉਂਦੀ ਰਹਿੰਦੀ ਆਪਾਂ ਉੱਥੇ ਸ਼ੇਅਰ ਕਰਦੇ ਰਹਿੰਦੇ ਹਾਂ। ਅਤੇ ਸਾਥੀ ਉੱਥੇ ਜ਼ਰੂਰ ਜੁਆਇਨ ਕਰ ਲਿਓ, ਸਮੇਂ ਸਿਰ ਹੀ ਤੁਹਾਨੂੰ ਜਿਹੜੀ ਮੋਰਨਿੰਗ ਸਲਾਈਡ ਦੀ ਜਿਹੜੀ PDF ਮਿਲ ਜਾਇਆ ਕਰੇਗੀ। ਅਤੇ ਆਹ ਜਿਹੜੀ ਵੀਡੀਓ ਹੈਗੀ ਹੈ ਇਹ ਡੇਲੀ ਸ਼ਾਮ ਨੂੰ ਨੈੱਟ 5 ਵਜੇ ਆਪਾਂ ਹੁਣ ਟਾਈਮ ਇਹਦਾ ਫਿਕਸ ਕਰਤਾ, ਸ਼ਾਮ ਨੂੰ 5 ਵਜੇ ਜਿਹੜੀ ਆਪਣੇ ਇਸੇ ਚੈਨਲ 'ਤੇ ਜਿਹੜੀ ਲਾਈਵ ਹੋਇਆ ਕਰੇਗੀ ਵੀਡੀਓ, ਤੁਸੀਂ ਲਾਈਵ ਨਾਲ ਵੀ ਜੁੜ ਸਕਦੇ ਹੋ ਅਤੇ ਜਿਹੜਾ ਉਸ ਲਈ ਆਪਣੀ ਵੀਡੀਓ ਦੇਖ ਸਕਦੇ ਹੋ। ਡੇਲੀ ਸ਼ਾਮ ਨੂੰ 5 ਵਜੇ ਤੁਹਾਨੂੰ ਵੀਡੀਓ ਮਿਲ ਜਾਇਆ ਕਰੇਗੀ। ਅਤੇ ਹੁਣ ਆਪਾਂ ਕਰਦੇ ਹਾਂ ਜਿਹੜੀ 31 ਅਗਸਤ ਦੀ ਮੋਰਨਿੰਗ ਸਲਾਈਡ। ਅੱਜ ਦਾ ਦਿਨ ਸ਼ਨੀਵਾਰ, ਅੱਜ ਦੀ ਮਿਤੀ 31 ਅਗਸਤ 2024। ਅੱਜ ਦਾ ਵਿਚਾਰ ਪਿਆਰੇ ਬੱਚਿਓ, ਅੱਜ ਦਾ ਵਿਚਾਰ ਹੈ, ਬੇਸ਼ੱਕ ਹਜ਼ਾਰ ਵਾਰ ਹਾਰ ਗਏ ਹੋਵੋ, ਕੋਸ਼ਿਸ਼ ਕਰਦੇ ਰਹੋ, ਜਿੱਤ ਜਾਵੋਗੇ। ਤਾਂ ਪਿਆਰੇ ਬੱਚਿਓ, ਕੋਈ ਵੀ ਕੰਮ ਤੁਸੀਂ ਕਰਦੇ ਹੋ ਚਾਹੇ ਤੁਸੀਂ ਹਜ਼ਾਰ ਵਾਰੀ ਹਾਰ ਗਏ, ਪਰ ਕੋਸ਼ਿਸ਼ ਕਰੋ, ਦੁਬਾਰਾ ਫਿਰ ਕੋਸ਼ਿਸ਼ ਕਰੋ, ਤੁਸੀਂ ਇੱਕ ਦਿਨ ਜ਼ਰੂਰ ਜਿੱਤੋਗੇ। ਤੁਸੀਂ ਦੇਖਿਆ ਆਪਣੀ ਕਲਾਸ ਦੇ ਵਿੱਚ ਕੁਛ ਬੱਚੇ ਜਿਹੜੇ ਆਪਾਂ ਜਿਨ੍ਹਾਂ ਨੂੰ ਸਟਾਰਟਿੰਗ ਦੇ ਵਿੱਚ ਦੇਖੋ ਕੁਛ ਨਹੀਂ ਆਉਂਦਾ, ਉਹ ਹੌਲੀ ਹੌਲੀ ਜਿਹੜਾ ਸਿੱਖਣ ਦੀ ਕੋਸ਼ਿਸ਼ ਕਰਦੇ ਨੇ। ਕਈ ਵਾਰ ਹੁੰਦਾ ਕੋਈ ਇਹੋ ਜਿਹਾ ਕੁਸ਼ਚਨ ਵੀ ਆ ਜਾਂਦਾ ਜਿਹਨੂੰ ਕਿੰਨੀ ਵਾਰ ਸਮਝਾਉਣ ਦੇ ਬਾਵਜੂਦ ਵੀ ਜਿਹੜਾ ਉਹ ਨਹੀਂ ਸਿੱਖ ਪਾਉਂਦਾ, ਵਾਰ ਵਾਰ ਉਹ ਇੱਕੋ ਹੀ ਗਲਤੀ ਕਰਦਾ। ਪਰ ਆਖਿਰ 'ਤੇ ਕੀ ਹੁੰਦਾ, ਜਦੋਂ ਵਾਰ ਵਾਰ ਉਸ ਕੁਸ਼ਚਨ ਨੂੰ ਕਰਨ ਦੀ ਕੋਸ਼ਿਸ਼ ਕਰਦਾ ਜਿਹੜਾ ਬੱਚਾ ਕਰਦਾ ਉਹ ਆਖਿਰ 'ਤੇ ਕੀ ਹੈ, ਸਿੱਖ ਜਾਂਦਾ ਉਹ ਕੁਸ਼ਚਨ ਨੂੰ ਕਿਵੇਂ ਕਰਨਾ, ਤਾਂ ਉਹ ਕੀ ਉਹਦੇ 'ਤੇ ਜਿੱਤ ਪ੍ਰਾਪਤ ਕਰ ਲੈਂਦਾ। ਇਸ ਤਰ੍ਹਾਂ ਤੁਸੀਂ ਜਦੋਂ ਹੁਣ ਸਕੂਲਾਂ ਦੇ ਵਿੱਚ ਗੇਮਾਂ ਦੀ ਤਿਆਰੀ ਚੱਲਣੀ ਸ਼ੁਰੂ ਹੋ ਗਈ ਹੈ, ਗੇਮਾਂ ਦੀ ਵੀ ਜਦੋਂ ਆਪਾਂ ਤਿਆਰੀ ਕਰਦੇ ਹਾਂ ਤਾਂ ਟੀਮ ਕੀ ਹੈ, ਇੱਕ ਸਾਈਡ 'ਤੇ ਜੇ ਕਮਜ਼ੋਰ ਸਾਥੀ ਹੁੰਦੇ ਨੇ ਥੋੜ੍ਹੇ ਤਾਂ ਉਹ ਕੀ ਹੈ, ਪਹਿਲੀ ਵਾਰ ਵੀ ਹਾਰ ਗਿਆ, ਦੂਸਰੀ ਵਾਰ ਵੀ ਹਾਰ ਗਿਆ, ਤੀਸਰੀ ਵਾਰ, ਚੌਥੀ ਵਾਰ, ਇਸ ਤਰ੍ਹਾਂ ਕੋਸ਼ਿਸ਼ ਕਰਦੇ ਕਰਦੇ ਇੱਕ ਵਾਰ ਕੀ ਹੈ, ਕਈ ਵਾਰ ਤਗੜੀ ਟੀਮ ਵੀ ਹਾਰਦੀ ਹੈ ਉਹਨਾਂ ਦੀ ਕੋਸ਼ਿਸ਼ ਦੇ ਬਾਵਜੂਦ। ਇਸ ਕਰਕੇ ਹਰ ਕੰਮ ਤੋਂ ਕਦੇ ਵੀ ਦੇਖੋ, ਬੰਦਾ ਓਨੀ ਦੇਰ ਨਹੀਂ ਹਾਰਦਾ, ਇਨਸਾਨ ਓਨੀ ਦੇਰ ਨਹੀਂ ਹਾਰਦਾ ਜਿੰਨੀ ਦੇਰ ਉਹ ਮਨੋ ਨਾ ਹਾਰੇ। ਤਾਂ ਇਸ ਕਰਕੇ ਮਨੋ ਕਦੇ ਨਹੀਂ ਹਾਰਨਾ ਚਾਹੀਦਾ, ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਚਾਹੇ ਤੁਸੀਂ ਹਾਰੋ ਹੀ। ਹਾਰਨਾ ਵੀ ਇੱਕ ਸਿੱਖਣ ਦੀ ਕਲਾ ਹੈ। ਜੇ ਤੁਸੀਂ ਹਾਰੋਗੇ ਤਾਂ ਤੁਸੀਂ ਆਪਣੀਆਂ ਕਮੀਆਂ ਲੱਭੋਗੇ, ਮੈਂ ਕਿਉਂ ਹਾਰਿਆ, ਕਿੱਥੇ ਮੇਰੀ ਕਮੀ ਆ, ਤੁਸੀਂ ਆਪਦੇ 'ਚ ਸੁਧਾਰ ਕਰੋਗੇ ਤਾਂ ਫਿਰ ਅੱਗੇ ਵਧੋਗੇ। ਹਾਰਨ ਨਾਲ ਬੰਦਾ ਸੁਧਾਰ ਕਰਦਾ, ਜਿੱਤਣ ਵਾਲਾ ਬੰਦਾ ਸੁਧਾਰ ਬਹੁਤ ਘੱਟ ਕਰਦਾ ਹੈ, ਕਿਉਂਕਿ ਉਹਨੂੰ ਹੁੰਦਾ ਮੈਂ ਜਿੱਤ ਗਿਆ, ਮੈਂ ਪੂਰਾ ਕਾਬਿਲ ਹਾਂ। ਪਰ ਹਾਰਨ ਵਾਲਾ ਬੰਦਾ ਆਪਣੇ ਵਿੱਚ ਸੁਧਾਰ ਕਰਦਾ ਰਹਿੰਦਾ। ਅਤੇ ਇਸ ਕਰਕੇ ਜਿਹੜਾ ਤੁਸੀਂ ਹਜ਼ਾਰ ਵਾਰ ਹਾਰ ਜਾਓ ਪਰ ਕੋਸ਼ਿਸ਼ ਹੈ ਜਿਹੜੀ ਉਹ ਜ਼ਰੂਰ ਕਰਦੇ ਰਹਿਣਾ ਹੈ, ਤਾਂ ਤੁਸੀਂ ਜਿੱਤ ਜਾਓਗੇ। ਤੁਸੀਂ ਕੀ ਹੈ, ਇੱਕ ਚੀਂਟੀ ਨੂੰ ਦੇਖਿਆ ਹੋਣਾ, ਕੀੜੀ ਨੂੰ ਦੇਖਿਆ ਹੋਣਾ, ਕਿੰਨੀ ਵਾਰ ਪਿੱਲਰ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੀ ਹੈ, ਫਿਰ ਥੱਲੇ ਡਿੱਗਦੀ ਹੈ, ਉਹ ਹਜ਼ਾਰਾਂ ਕੋਸ਼ਿਸ਼ਾਂ ਕਰਦੀ ਹੈ ਪਰ ਆਖਿਰ 'ਤੇ ਉਹ ਪਿੱਲਰ 'ਤੇ ਐਂਡ 'ਤੇ ਜਿਹੜਾ ਪਹੁੰਚ ਕੇ ਰਹਿੰਦੀ ਹੈ। ਇਸ ਤਰ੍ਹਾਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਸਿੱਖਦੇ ਰਹਿਣਾ ਹੈ। ਅਤੇ ਕਦੇ ਵੀ ਜੇ ਕੰਮ ਨਹੀਂ ਆ ਰਿਹਾ ਤਾਂ ਉਹਦੇ ਵਾਸਤੇ ਹਾਰ ਨਹੀਂ ਮੰਨਣੀ। ਕਲਾਸ ਦੇ ਵਿੱਚ ਜਾਂ ਸਕੂਲ ਦੇ ਵਿੱਚ ਤੁਹਾਨੂੰ ਕੋਈ ਚੀਜ਼ ਲਰਨ ਨਹੀਂ ਹੋ ਰਹੀ, ਇੱਕ ਵਾਰ ਯਾਦ ਕਰੋ, ਦੋ ਵਾਰ, 5 ਵਾਰ, ਆਖਿਰਕਾਰ ਤੁਹਾਨੂੰ ਉਹ ਯਾਦ ਜ਼ਰੂਰ ਹੋਵੇਗੀ। ਇਸ ਕਰਕੇ ਇਸ ਚੀਜ਼ ਨੂੰ ਜਿਹੜਾ ਆਪਣੇ ਦਿਮਾਗ ਦੇ ਵਿੱਚ ਬਿਠਾ ਕੇ ਰੱਖਣਾ। ਅੱਗੇ ਕਰਾਂਗੇ ਆਮ ਗਿਆਨ ਵਿਗਿਆਨ ਦੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਸੰਸਾਰ ਦੀ ਸਭ ਤੋਂ ਲੰਬੀ ਨਦੀ
ਕਿਹੜੀ ਹੈ? ਤਾਂ ਪਿਆਰੇ ਬੱਚੋ, ਸੰਸਾਰ ਦੀ ਜਿਹੜੀ ਸਭ ਤੋਂ ਲੰਬੀ ਨਦੀ ਹੈ ਉਹ ਹੈ ਨੀਲ ਨਦੀ। ਅਤੇ ਇਹ ਆਪਾਂ ਤੁਹਾਨੂੰ ਫੋਟੋ 'ਚ ਦਿਖਾ ਦਿੰਦੇ ਹਾਂ। ਤਾਂ ਹਾਂਜੀ ਪਿਆਰੇ ਬੱਚੋ, ਆਹ ਜਿਹੜੀ ਫੋਟੋ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਹੈਗੀ ਹੈ ਨੀਲ ਨਦੀ। ਅਤੇ ਇਹ ਜਿਹੜੀ ਆਹ ਮੈਪ ਦੇ ਵਿੱਚ ਦੇਖ ਰਹੇ ਹੋ, ਜਿਹੜੀ ਇਹਨਾਂ ਦੇਸ਼ਾਂ ਦੇ ਵਿਚਕਾਰ ਜਿਹੜੀ ਇਹ ਨੀਲ ਨਦੀ ਵਗਦੀ ਹੈ। ਅਤੇ ਇਹ ਅਲੱਗ ਅਲੱਗ ਫੋਟੋਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ, ਇਹ ਸਾਰੀਆਂ ਫੋਟੋਆਂ ਜਿਹੜੀਆਂ ਤੁਹਾਨੂੰ ਆ ਇੱਧਰ ਦਿਖ ਰਹੀਆਂ ਨੇ, ਇਹ ਨੀਲ ਨਦੀ ਦੀਆਂ ਫੋਟੋਆਂ ਨੇ। ਤਾਂ ਹਾਂਜੀ ਅਗਲਾ ਕੁਸ਼ਚਨ ਹੈ ਜਿਹੜਾ, ਭਾਰਤ ਦਾ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਕਿਹੜਾ ਹੈ? ਤਾਂ ਉਹ ਪਿਆਰੇ ਬੱਚੋ ਸਿੱਕਿਮ ਹੈ। ਇਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਸਿੱਕਿਮ ਰਾਜ। ਤਾਂ ਪਿਆਰੇ ਬੱਚੋ ਆਹ ਫੋਟੋ ਦੇ ਵਿੱਚ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਇਹ ਸਿੱਕਿਮ ਦੇਸ਼ ਦੀਆਂ ਤਸਵੀਰਾਂ ਨੇ। ਤਾਂ ਸਿੱਕਿਮ ਦੇਸ਼ ਤੁਸੀਂ ਪਿਆਰੇ ਬੱਚੋ ਆ ਮੈਪ ਜਿਹੜਾ ਇੰਡੀਆ ਦਾ ਆਪਣੇ ਇੱਥੇ ਸਕੂਲਾਂ ਦੇ ਵਿੱਚ ਵੀ ਬਣੇ ਹੋਏ, ਇਹਦੇ ਵਿੱਚ ਆ ਜਿਹੜਾ ਉੱਪਰ ਛੋਟਾ ਜਿਹਾ ਜਿਹੜਾ ਸ਼ਹਿਰ ਤੁਹਾਨੂੰ ਇਹਦੇ ਵਿੱਚ ਦਿਖਦਾ ਹੈ ਇਹ ਕੀ ਹੈ? ਸਿੱਕਿਮ ਹੈ। ਤਾਂ ਅਗਲਾ ਪਿਆਰੇ ਬੱਚੋ, ਪੰਜਾਬ ਦੇ ਕਿਹੜੇ ਸ਼ਹਿਰ ਨੂੰ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈ? ਤਾਂ ਉਹ ਕਿਹਾ ਜਾਂਦਾ ਹੈ ਪਟਿਆਲਾ ਸ਼ਹਿਰ ਨੂੰ। ਅਤੇ ਪਟਿਆਲਾ ਸ਼ਹਿਰ ਦੀਆਂ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ। ਤਾਂ ਹਾਂਜੀ ਪਿਆਰੇ ਬੱਚੋ, ਇਹ ਤਸਵੀਰਾਂ ਨੇ ਪਟਿਆਲਾ ਸ਼ਹਿਰ ਦੀਆਂ, ਜਿੱਥੇ ਤੁਸੀਂ ਦੇਖ ਸਕਦੇ ਹੋ ਪਟਿਆਲਾ ਯੂਨੀਵਰਸਿਟੀ ਵੀ ਹੈ, ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਵੀ ਹੈ, ਅਤੇ ਆਹ ਜਿਹੜੇ ਸਾਰੇ ਸਥਾਨ ਹੈ ਪਟਿਆਲੇ ਦੇ ਵਿੱਚ ਸਥਿਤ ਹੈ। ਤਾਂ ਅਗਲਾ ਕੁਸ਼ਚਨ ਹੈ ਪਿਆਰੇ ਬੱਚੋ, ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਸੀ? ਤਾਂ ਉਹ ਸੀਗੀ ਕਲਪਨਾ ਚਾਵਲਾ। ਕਲਪਨਾ ਚਾਵਲਾ ਦੇ ਪੂਰਾ ਇੱਕ ਪੰਜਵੀਂ ਕਲਾਸ ਦੇ ਵਿੱਚ ਲੈਸਨ ਹੈ, ਉਹਨਾਂ ਦੇ ਜੀਵਨ ਬਾਰੇ ਜਿਹੜਾ ਦੱਸਿਆ ਗਿਆ। ਆਪਾਂ ਤੁਹਾਨੂੰ ਕਲਪਨਾ ਚਾਵਲਾ ਦੀ ਫੋਟੋ ਦਿਖਾਉਂਦੇ ਹਾਂ। ਤਾਂ ਪਿਆਰੇ ਬੱਚੋ ਅੱਜ ਫੋਟੋ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੀ ਹੈ, ਇਹ ਹੈ ਕਲਪਨਾ ਚਾਵਲਾ, ਹਰਿਆਣੇ ਦੇ ਰਹਿਣ ਵਾਲੇ ਸੀ, ਜੋ ਸਪੇਸ ਦੇ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ। ਤਾਂ ਹਾਂਜੀ ਪਿਆਰੇ ਬੱਚੋ, ਅਗਲਾ ਕੁਸ਼ਚਨ ਹੈ ਜਿਹੜਾ ਉਹ ਹੈ, 10 ਦਹਾਈਆਂ ਬਰਾਬਰ ਕਿੰਨੀਆਂ ਇਕਾਈਆਂ? ਤਾਂ ਇਹ ਦਹਾਈਆਂ ਇਕਾਈਆਂ ਵਾਲੇ ਕੁਸ਼ਚਨ ਤੁਹਾਨੂੰ ਕੰਪੀਟੈਂਸੀ ਐਗਜ਼ਾਮ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੇ ਹੋਣਗੇ। ਤਾਂ ਜਿਹੜੀਆਂ 10 ਦਹਾਈਆਂ ਦੀਆਂ ਨੇ ਉਹ 100 ਇਕਾਈਆਂ ਦੇ ਬਰਾਬਰ ਹੁੰਦੀ ਆ। ਅੱਗੇ ਆਪਾਂ ਕਰਾਂਗੇ ਕੰਢਿਆਂ ਵਿੱਚ ਆਓ ਬੁਝੀਏ ਅੱਜ ਦੀ ਬੁਝਾਰਤ। ਕੰਢਿਆਂ ਵਿੱਚੋਂ ਨਿਕਲੇ ਫੁੱਲਾਂ ਵਿੱਚ ਉਲਸ ਜਾਵੇ, ਨਾ ਦੱਸੋ ਉਸ ਦਾ ਤਾਂ ਸਮੱਸਿਆ ਸੁਲਝ ਜਾਵੇ। ਤਾਂ ਪਿਆਰੇ ਬੱਚੋ ਉਹ ਹੈ ਤਿੱਤਲੀ, ਜੋ ਕਿ ਕੰਢਿਆਂ 'ਚੋਂ ਨਿਕਲ ਕੇ ਫੁੱਲਾਂ 'ਚ ਉਲਝ ਜਾਂਦੀ ਹੈ। ਅਤੇ ਉਸ ਤੋਂ ਬਾਅਦ ਕਰਾਂਗੇ ਆਪਾਂ ਵਰਡ ਫੋਰ ਪ੍ਰੈਕਟਿਸ ਅੱਜ ਦੇ ਇੰਗਲਿਸ਼ ਦੇ ਵਰਡ। ਹਾਂਜੀ ਪਿਆਰੇ ਬੱਚੋ, ਅੱਜ ਦਾ ਜਿਹੜਾ ਇੰਗਲਿਸ਼ ਦਾ ਵਰਡ ਹੈ ਉਹ ਹੈ ਪਹਿਲਾ ਵਰਡ ਸੇਵਿੰਗ, SAVING, ਸੇਵਿੰਗ। ਸੇਵਿੰਗ ਕੀ ਹੁੰਦੀ? ਬੱਚਤ, ਆਪਣੇ ਪੈਸੇ ਨੂੰ ਬਚਾਉਣਾ ਜਾਂ ਕਿਸੇ ਚੀਜ਼ ਦੀ ਵੀ ਬੱਚਤ ਕਰਨਾ, ਜਿਹੜੇ ਜਿਵੇਂ ਬੈਂਕਾਂ ਦੇ ਵਿੱਚ ਪੈਸੇ ਰੱਖ ਕੇ ਲੋਕ ਸੇਵ ਕਰਦੇ ਆ ਆਪਣੇ। ਅਗਲਾ ਕੀ ਹੈ? ਬੇਕਿੰਗ, BAKING, ਬੇਕਿੰਗ। ਬੇਕਿੰਗ ਨੂੰ ਆਪਾਂ ਉੱਦਾਂ ਵੀ ਬੇਕਿੰਗ ਕਹਿੰਦੇ ਹਾਂ, ਪਰ ਅਸਲ ਦੇ ਵਿੱਚ ਮੈਂ ਬੇਕਿੰਗ ਦਾ ਤੁਹਾਨੂੰ ਮਤਲਬ ਦੱਸਦਾ, ਕੋਈ ਚੀਜ਼ ਨੂੰ ਜਿਵੇਂ ਆਪਾਂ ਸੇਕ ਕੇ ਪਕਾਉਂਦੇ ਹਾਂ ਨਾ, ਸੇਕਣਾ ਹੋ ਜਾਂਦਾ। ਅੱਗ ਦੇ ਅੰਗਾਰਿਆਂ 'ਤੇ ਆਪਾਂ ਸੇਕ ਲਈ ਚੀਜ਼, ਜਾਂ ਅੱਗ ਦੀ ਹੀਟ 'ਤੇ ਸੇਕ ਲਈ, ਸਿੱਧਾ ਸਿੱਧਾ ਅੱਗ 'ਤੇ ਨਾ ਰੱਖ ਕੇ ਉਹਨੂੰ ਜਿਹੜਾ ਆਪਾਂ ਸੇਕਦੇ ਹਾਂ। ਜਿਵੇਂ ਤੁਸੀਂ ਦੇਖ ਲਿਓ ਜਿਹੜੇ ਬਰਗਰ ਦੇ ਵਾਲੇ ਬੰਦੇ ਆ, ਉਹ ਬ੍ਰੈਡ ਹੋ ਗਏ, ਇਹ ਸਾਰੀਆਂ ਚੀਜ਼ਾਂ ਕੀ ਹੈ? ਬੇਕਿੰਗ ਹੁੰਦੀਆਂ, ਜਿਵੇਂ ਤੁਸੀਂ ਬੇਕਰੀ ਦੇਖਦੇ ਹੋ। ਉਸ ਤੋਂ ਬਾਅਦ ਟੇਕਿੰਗ ਮਤਲਬ ਹੁੰਦਾ ਲੈਣਾ। ਆਪਾਂ ਕਿਸੇ ਤੋਂ ਕੋਈ ਚੀਜ਼ ਲੈਂਦੇ ਹਾਂ ਤਾਂ ਆਪਾਂ ਕੀ ਕਹਿੰਦੇ ਹਾਂ? ਟੇਕਿੰਗ, ਮਤਲਬ ਕੋਈ ਚੀਜ਼ ਚੱਕ ਰਹੇ ਹਾਂ, ਆਪਾਂ ਲੈ ਰਹੇ ਹਾਂ, ਠੀਕ ਹੈ, ਉਹਨੂੰ ਆਪਾਂ ਕਹਿ ਦਿੰਦੇ ਹਾਂ ਟੇਕਿੰਗ। ਅਗਲਾ ਕੁਸ਼ਚਨ ਹੈ ਮੇਕਿੰਗ, MAKING, ਮੇਕਿੰਗ। ਮੇਕਿੰਗ ਕੀ ਹੁੰਦਾ? ਬਣਾਉਣਾ, ਜਦੋਂ ਕੋਈ ਕਿਸੇ ਚੀਜ਼ ਨੂੰ ਬਣਾ ਰਿਹਾ ਹੈ ਤਾਂ ਮੇਕਿੰਗ ਆਪਾਂ ਉਹਨੂੰ ਕਹਿੰਦੇ ਹਾਂ ਮੇਕਿੰਗ। ਉਸ ਤੋਂ ਬਾਅਦ ਹੈ ਗਿਵਿੰਗ, GIVING, ਗਿਵਿੰਗ।
ਗਿਵਿੰਗ ਕੀ ਹੈ ਦੇਣਾ, ਜਦੋਂ ਆਪਾਂ ਕਿਸੇ ਨੂੰ ਕੋਈ ਚੀਜ਼ ਦਿੰਦੇ ਹਾਂ, ਠੀਕ ਹੈ, ਤਾਂ ਉਹ ਆਪਾਂ ਚੀਜ਼ ਕਹਿ ਪ੍ਰੈਜੈਂਟ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਪ੍ਰੈਜੈਂਟ ਕੰਟੀਨਿਊਸ ਜੋ ਚੀਜ਼ ਸਮਾਂ ਚੱਲ ਰਿਹਾ ਹੁੰਦਾ ਤਾਂ ਆਪਾਂ ਕਹਿ ਦਿੰਦੇ ਹਾਂ ਗਿਵਿੰਗ, ਠੀਕ ਹੈ, ਆਈ ਐਮ ਗਿਵਿੰਗ ਪੈਨਸਿਲ ਮਾਈ ਫਰੈਂਡ, ਮੈਂ ਆਪਣੇ ਫਰੈਂਡ ਨੂੰ ਪੈਨਸਿਲ ਦੇ ਰਿਹਾ ਹਾਂ ਜਾਂ ਦੇ ਰਹੀ ਹਾਂ। ਅਧਿਆਪਕ ਸਾਥੀਓ ਅਤੇ ਪਿਆਰੇ ਬੱਚਿਓ, ਇਹ ਸੀਗੀ ਜਿਹੜੀ 31 ਅਗਸਤ ਦੀ ਮੋਰਨਿੰਗ ਸਲਾਈਡ। ਅਤੇ ਹਰ ਰੋਜ਼ ਦੀ ਤਰ੍ਹਾਂ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਇਸ ਮੋਰਨਿੰਗ ਸਲਾਈਡ ਦੀ ਵੀਡੀਓ ਨੂੰ ਬੱਚਿਆਂ ਦੇ ਵਟਸਐਪ ਗਰੁੱਪ 'ਚ ਜ਼ਰੂਰ ਸ਼ੇਅਰ ਕਰਿਆ ਕਰੋ, ਤਾਂ ਜੋ ਬੱਚੇ ਘਰ ਤੋਂ ਹੀ ਮੋਰਨਿੰਗ ਸਲਾਈਡ ਨੂੰ ਵਧੀਆ ਤਰੀਕੇ ਦੇ ਨਾਲ ਸੁਣ ਕੇ ਅਤੇ ਸਮਝ ਕੇ ਆਉਣ। ਅਤੇ ਬੱਚਿਆਂ ਨੂੰ ਬੇਨਤੀ ਹੈ ਕਿ ਇਸ ਮੋਰਨਿੰਗ ਸਲਾਈਡ ਦੀ ਵੀਡੀਓ ਨੂੰ ਆਪਣੀ ਕਾਪੀ 'ਤੇ ਨੋਟ ਡਾਊਨ ਕਰਿਆ ਕਰੋ। ਇਹ ਜਿਹੜੇ ਕੁਸ਼ਚਨ ਹੈ ਤੁਹਾਡੇ ਪੇਪਰਾਂ ਦੇ ਵਿੱਚ ਵੀ ਕੰਮ ਆਉਂਦੇ ਹੈ, ਅਤੇ ਨਾਲ ਦੀ ਨਾਲ ਤੁਹਾਡੀ ਰਾਈਟਿੰਗ ਦੇ ਵਿੱਚ ਸੁਧਾਰ ਹੁੰਦਾ, ਤੁਹਾਨੂੰ ਚੀਜ਼ਾਂ ਦੀ ਸਮਝ ਲੱਗਦੀ ਹੈ ਅਤੇ ਜਿਹੜੀ ਤੁਹਾਡੀ ਨੌਲੇਜ ਦੇ ਵਿੱਚ ਵਾਧਾ ਹੁੰਦਾ। ਅਤੇ ਕੁਝ ਅਧਿਆਪਕ ਸਾਥੀਆਂ ਨੂੰ ਮੈਂ ਇਹ ਵੀ ਕਹਿ ਸਕਦਾ ਵੀ 5 ਮਿੰਟ ਦੀ ਵੀਡੀਓ ਤੁਸੀਂ ਪ੍ਰੋਜੈਕਟਰ 'ਤੇ ਵੀ ਦਿਖਾ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਆਪਾਂ ਜਿਹੜੀ ਮੋਰਨਿੰਗ ਸਲਾਈਡ ਹੈ ਇਮੇਜ ਇਫੈਕਟ ਨਾਲ ਬਣਾ ਰਹੇ ਹਾਂ, ਬੱਚਿਆਂ ਨੂੰ ਇਮੇਜ ਵਿੱਚ ਆ ਜਾਂਦੀਆਂ, ਦੇਖ ਸਕਦੇ ਆ ਬੱਚੇ ਅਤੇ ਜਿਹੜੇ ਕੁਸ਼ਚਨ ਵਧੀਆ ਤਰੀਕੇ ਦੇ ਨਾਲ ਸਮਝ ਸਕਦੇ ਆ। ਅਤੇ ਮਾਪਿਆਂ ਨੂੰ ਵੀ ਬੇਨਤੀ ਹੈ ਵੀਡੀਓ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ, ਕਿਉਂਕਿ ਫੋਨ ਤੁਹਾਡੇ ਕੋਲ ਹੁੰਦੇ ਆ ਅਤੇ ਜਦੋਂ ਵੀ ਸਮਾਂ ਮਿਲਦਾ 5 ਤੋਂ 10 ਮਿੰਟ ਦੀ ਵੀਡੀਓ ਬੱਚੇ ਨੂੰ ਦਿਖਾਓ, ਖੁਦ ਵੀ ਦੇਖੋ, ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੈ। ਅਤੇ ਧੰਨਵਾਦ, ਡੇਲੀ ਸ਼ਾਮ ਨੂੰ 5 ਵਜੇ ਤੁਹਾਨੂੰ ਇਸੇ ਚੈਨਲ 'ਤੇ ਮੋਰਨਿੰਗ ਸਲਾਈਡ ਦੀ ਵੀਡੀਓ ਮਿਲ ਜਾਇਆ ਕਰੇਗੀ। ਥੈਂਕ ਯੂ।